हाँ जी, सलाम, नमस्ते, सत श्री अकाल ते आदाब। गद आप आ चुके हैं ऑस्ट्रेलिया। ऑस्ट्रेलिया ब्रिस्बन ਦੇ ਵਿੱਚ ਅਸੀਂ ਹੈਗੇ ਆ ਇਸ ਟਾਈਮ ਤੇ। ਹੁਣ ਅਸੀਂ ਚੱਲੇ ਸੀ ਜੀ ਮਾਉਂਟ ਰੈਲੀ। ਮਾਉਂਟ ਰੈਲੀ ਸੁਣਿਆ ਜੀ, ਬਹੁਤ ਖੂਬਸੂਰਤ ਜਗ੍ਹਾ ਵਾ, ਬਹੁਤ ਪਿਆਰੀ ਜਗ੍ਹਾ ਵਾ ਦੇਖਣ ਵਾਲੀ, ਤੇ ਜਾਂਦੇ ਆ। ਬਾਕੀ ਤੁਹਾਨੂੰ ਵੀ ਦਿਖਾਉਂਦੇ ਆ ਤੇ ਆਪ ਵੀ ਦੇਖਦੇ ਆ। ਤੇ ਇਹ ਹੈਗਾ ਜੀ ਸਾਡਾ ਪਹਿਲਾ ਵਲੌਗ, ਤੇ ਤੁਸੀਂ ਸਾਨੂੰ ਸਪੋਰਟ ਕਰਨਾ ਹੈ ਤੇ ਲਾਈਕ ਕਰਨਾ ਹੈ, ਤੇ ਬਾਕੀ ਜੋ ਮਿਸਟੇਕਸ ਹੋਣਗੀਆਂ ਤੁਸੀਂ ਸਾਨੂੰ ਲਾਜ਼ਮੀ ਦੱਸਣਾ ਵਾ। ਆ ਜਾਓ ਫਿਰ, ਚੱਲੀਏ ਜੀ। ਮਾਊਂਟ ਰੈਲੀ ਗਾਇਸ, ਜੇ ਦੇਖਿਆ ਜਾਏ ਇਹਦੀ ਹਿਸਟਰੀ ਬਾਰੇ ਥੋੜ੍ਹਾ ਜਿਹਾ ਆਪਾਂ ਦੇਖੀਏ, ਤੇ ਇਹ 1937 ਦੇ ਵਿੱਚ ਬ੍ਰਿਸਬਨ ਤੋਂ ਸਿਡਨੀ ਜਾਣ ਵਾਲਾ ਇੱਕ ਪਲੇਨ ਸੀ ਜਿਹਦੇ ਵਿੱਚ 3 ਪਾਇਲਟ ਸੀ, ਤੇ ਇਹ ਇੱਥੇ ਕ੍ਰੈਸ਼ ਹੋਇਆ ਸੀ, ਤੇ ਤਕਰੀਬਨ 7 ਦਿਨ ਬਾਅਦ ਇਹ ਜਹਾਜ਼ ਇੱਥੇ ਮਿਲਿਆ ਸੀ। ਤੇ ਜਦੋਂ ਦੇਖਿਆ ਗਿਆ ਤੇ ਉਸ ਤੋਂ ਬਾਅਦ ਤਕਰੀਬਨ ਇਹ ਸਾਰਾ ਏਰੀਆ ਉਸ ਤੋਂ ਬਾਅਦ ਹੀ ਡਿਸਕਵਰ ਹੋਇਆ ਸੀ, ਤੇ ਉਹਨਾਂ ਨੇ ਮੁਜੱਸਮੇ ਦੇ ਤੌਰ ਤੇ ਇਹ ਜਹਾਜ਼, ਤੁਸੀਂ ਫਿਰ ਪਿੱਛੇ ਦੇਖ ਸਕਦੇ ਹੋ, ਪਲੇਨ ਜਹਾਜ਼ ਜੋ ਵੀ ਕਹਿ ਲਓ, ਤੇ ਇਹ ਤੇ ਮੁਜੱਸਮੇ ਦੇ ਤੌਰ ਤੇ ਲਾਇਆ, ਤੇ ਜਿਹੜੇ ਪਾਇਲਟ ਸੀ ਉਹਨਾਂ ਦਾ ਵੀ ਮੁਜੱਸਮਾ ਇੱਥੇ ਬਣਾ ਕੇ ਲਾਇਆ ਗਿਆ, ਤੇ ਉਹ ਵੀ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਅੱਗੇ ਸ਼ੋਅ ਕਰਾਨਾ ਵਾ। ਬਾਕੀ ਜੇ ਦੱਸਿਆ ਜਾਏ ਇਹਦੀ ਬਿਊਟੀ ਬਾਰੇ, ਬਿਊਟੀ ਇੱਥੇ ਬਹੁਤ ਖੂਬਸੂਰਤ ਇਲਾਕਾ ਵਾ। ਇਹ ਇੱਥੇ ਤੋਤੇ, ਜਿਨ੍ਹਾਂ ਨੂੰ ਆਪਾਂ ਉੱਥੇ ਪਿੰਜਰਿਆਂ 'ਚ ਕੈਦ ਕਰਕੇ ਰੱਖੀਦਾ ਵਾ, ਉਹ ਇੱਥੇ ਆਜ਼ਾਦ ਫਿਰਦੇ ਨੇ ਤੇ ਤੁਹਾਡੀ ਬਾਲੂ ਦੇ ਉੱਤੇ ਮੋਢਿਆਂ 'ਤੇ ਆ ਕੇ ਬਹਿੰਦੇ ਨੇ, ਤੇ ਇਹੀ ਸ਼ਾਇਦ ਇਹਦਾ ਵਜ੍ਹਾ ਵਾ। ਇੱਥੇ ਆ ਕੇ ਆਵਾਮ ਬਹੁਤ ਖੁਸ਼ ਹੁੰਦੀ ਹੈ, ਤੇ ਬਾਕੀ ਤੁਹਾਡੇ ਸਾਹਮਣੇ ਆ ਬਿਊਟੀ ਸ਼ਿਟੀ, ਤੁਹਾਨੂੰ ਹੋਰ ਦਿਖਾਉਂਦੇ ਆ। ਤੇ ਬਾਕੀ ਤੁਸੀਂ ਇਹਦੇ ਰਸਤਿਆਂ ਬਾਰੇ ਦੇਖਿਆ ਹੋਏਗਾ, ਜਿਵੇਂ ਪਾਕਿਸਤਾਨ ਵਾਲੇ ਤੇ ਸਾਡੇ ਵੀਰ ਭਰਾਵਾਂ ਨੂੰ ਪਤਾ ਵਾ, ਮਰੀ ਜਾਂਦੇ ਨੇ, ਮਾਲਮ ਜੱਬਾ ਕਲਾਮ ਜਾਂਦੇ ਨੇ, ਬਿਲਕੁਲ ਸੇਮ ਉਹੀ ਚੀਜ਼ ਆ ਜਿਵੇਂ ਉੱਧਰ ਆਪਾਂ ਪਹਾੜੀਆਂ 'ਚੋਂ ਗੁਜ਼ਰ ਕੇ ਜਾਈਦਾ ਵਾ, ਉਵੇਂ ਹੀ ਇੱਥੇ ਆ, ਪਹਾੜੀਆਂ 'ਚੋਂ ਗੁਜ਼ਰ ਕੇ ਜਾਈਦਾ ਵਾ, ਰਸਤੇ ਉੱਦਾਂ ਹੀ ਸਿੰਗਲ ਸਾਈਡਾਂ ਤੇ ਉਚਾਈਆਂ, ਸਾਰਾ ਕੁਛ ਦਰਖਤ ਪਹਾੜੀਆਂ, ਸੇਮ ਉਹੀ ਚੀਜ਼ ਆ। ਲੇਕਿਨ ਅੱਗੇ ਆ ਕੇ ਸਿਰਫ ਇਹ ਫਰਕ ਆ ਜਾਂਦਾ ਵਾ ਕਿ ਇੱਥੇ ਇੱਕ
ਪਰਿੰਦਿਆਂ ਨੂੰ ਜਾਨਵਰਾਂ ਨੂੰ ਆਜ਼ਾਦੀ ਮਿਲ ਜਾਂਦੀ ਆ, ਉਹ ਇੱਦਾਂ ਹੀ ਬਾਹਾਂ ਦੇ ਉੱਤੇ ਮੋਢਿਆਂ ਦੇ ਉੱਤੇ ਫਿਰਦੇ ਨੇ, ਤੇ ਉੱਥੇ ਜੇ ਉਹ ਸਾਨੂੰ ਨਜ਼ਰ ਆਏ ਤੇ ਅਸੀਂ ਉਹਨਾਂ ਨੂੰ ਪਿੰਜਰਿਆਂ ਦੇ ਵਿੱਚ ਕੈਦ ਕਰ ਲਈਦਾ ਵਾ, ਤੇ ਇਹ ਕੁਛ ਆ, ਬਾਕੀ ਤੁਹਾਨੂੰ ਅੱਗੇ ਦਿਖਾਉਂਦੇ ਹਾਂ ਅਸੀਂ। ਹਾਂਜੀ ਗਾਇਸ, ਇਹ ਉਹ ਤਿੰਨ ਪਾਇਲਟ ਨੇ ਜਿਹੜੇ ਬ੍ਰਿਸਬਨ ਤੋਂ ਸਿਡਨੀ ਜਾ ਰਹੇ ਸੀ, ਜਿਹੜੇ ਇੱਥੇ ਜਹਾਜ਼ ਕ੍ਰੈਸ਼ ਹੋਣ ਦੀ ਵਜ੍ਹਾ ਤੋਂ ਇੱਥੇ ਹੀ ਗਿਰ ਗਏ, ਤੇ ਉਹਨਾਂ ਦੀ ਵਜ੍ਹਾ ਤੋਂ ਇਹ ਸਾਰਾ ਇਲਾਕਾ ਡਿਸਕਵਰ ਹੋਇਆ। ਆਹ ਦੇਖੋ ਭਾਈ ਜਾਨ ਚਾਹ ਪੁੱਛ ਰਿਹਾ, ਬਈ ਚਾਹ ਪੀਲਾ ਹੈ, ਤੇ ਆਹ ਇਹਨਾਂ ਦੀ ਹਿਸਟਰੀ ਵਗੈਰਾ ਸਾਰੀ ਲਿਖੀ ਆ, ਕਿਆ ਕੀ ਕਰਦੇ ਸੀ ਤੇ ਕਿੱਦਾਂ ਇੱਥੇ ਗਿਰੇ ਤੇ ਜੋ ਵੀ ਇਹਨਾਂ ਦਾ ਸਾਰਾ ਹਿਸਟਰੀ ਸੀ। ਆਹ ਦੇਖੋ ਗਾਇਸ, ਹੁਣ ਆਪਾਂ ਆਏ ਸੀ ਸਨਸੈਟ ਦੇਖਣ, ਤੇ ਸਨਸੈਟ ਦੇਖਿਆ ਵਾ, ਬਹੁਤ ਮਜ਼ਾ ਆਇਆ ਵਾ, ਨਾਲੇ ਪਾਰਕ ਦੇ ਵਿੱਚ ਵੀ ਸਾਨੂੰ ਬਹੁਤ ਮਜ਼ਾ ਆਇਆ ਸੀ, ਤੇ ਬੜਾ ਪੁਰਸਕੂਨ ਇੱਥੇ ਮਾਹੌਲ, ਇੱਥੇ ਦੀ ਫਿਜ਼ਾ, ਹਰ ਚੀਜ਼ ਬਹੁਤ ਵਧੀਆ ਵਾ, ਤੇ ਇਹ ਮਾੜਾ ਜਿਹਾ ਦੇਖੋ ਤੁਸੀਂ ਕੀ ਮਾਹੌਲ ਆ ਇੱਥੇ, ਹੁਣ ਤੇ ਸਨਸੈਟ ਹੋ ਗਿਆ, ਤੇ ਇਹ ਦੇਖੋ ਜ਼ਰਾ। ਹਾਂਜੀ ਗਾਇਸ, ਇੱਕ ਤਾਂ ਆਪਣਾ ਪਹਿਲਾ ਵਲੋਗ ਸੀ, ਮਿਸਟੇਕਸ ਗਲਤੀਆਂ ਬਹੁਤ ਹੋਈਆਂ ਹੋਣੀਆਂ, ਤੇ ਸਾਨੂੰ ਜ਼ਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ, ਸਾਨੂੰ ਕਮੈਂਟ ਕਰਕੇ ਜੋ ਵੀ ਮਿਸਟੇਕਸ ਹੋਣ, ਤਾਂ ਕਿ ਨੈਕਸਟ ਵਲੋਗ ਦੇ ਵਿੱਚ ਇਹ ਸਾਰਾ ਕੁਝ ਨਾ ਹੋਏ, ਤੇ ਬਾਕੀ ਸਾਨੂੰ ਲਾਈਕ ਕਰੋ ਤੇ ਸਾਨੂੰ ਸਪੋਰਟ ਕਰੋ, ਤਾਂ ਕਿ ਅਗਲੇ ਨੈਕਸਟ ਆਉਣ ਵਾਲੇ ਵਲੋਗ ਦੇ ਵਿੱਚ ਅਸੀਂ ਜੋ ਗਲਤੀਆਂ ਨੇ ਸਾਰਾ ਕੁਝ ਉਹ ਬਿਹਤਰ ਕਰ ਸਕੀਏ। ਠੀਕ ਆ ਜੀ, ਮਿਲਦੇ ਹਾਂ, ਚੰਗਾ ਜੀ, ਅਗਲੀ ਵਾਰੀ ਫਿਰ।